ਜਿੰਦਾਬਾਦ ਜੂਰੇ ਦਾ ਜਿੰਦਾਬਾਦ ਵਰਮੇ ਦੀ ਸ਼ਕਤੀ ਅਮਰ ਹੈ ਵਰਮੇ ਦੀ ਸ਼ਕਤੀ ਅਮਰ ਹੈ ਵਰਮੇ ਦੀ ਜ਼ਿੰਦਾਰੀ ਤੇ ਵੀ ਨੇ ਤੇ ਲੇਬਰ ਲਾ ਦੇ ਅਕੋਰਡਿੰਗ ਇਹਨਾਂ ਨੂੰ 2 ਮਹੀਨੇ ਦੀ ਪਹਿਲੋ ਇੰਪਲੀਮੈਂਟੇਸ਼ਨ ਦੇ ਕੇ ਫਿਰ ਕੰਮ ਤੋਂ ਕੱਢਿਆ ਜਾ ਸਕਦਾ ਵਾ ਨਾ ਕਿ ਸਵੇਰੇ ਜਾਣ ਤੇ ਕਹਿ ਦਿੱਤਾ ਜਾਵੇ ਕਿ ਤੁਸੀਂ ਆਪਣੇ ਘਰ ਬੈ ਜਾਓ ਆ ਮੈਨੂੰ ਲੱਗਦਾ ਕਿ ਆਈਪੀਐਸ ਅਫਸਰ ਜਿਹੜੀ ਆਈਐਸ ਅਫਸਰ ਮੈਡਮ ਬੈਠੀ ਆ ਇਹ ਵੀ ਸਪਾਰਸ਼ੀ ਕੋਟੇ ਦੇ ਬੇਟੀ ਆ ਜਿਹੜੇ ਇਹਨਾਂ ਦੇ ਮੰਤਰੀ ਸੰਤਰੀ ਤੰਤਰੀ ਜਿਹੜੇ ਇਹਨਾਂ ਦੇ ਇੱਥੋਂ ਦੇ ਹੈਗੇ ਆ ਇਸਪਾਰਸ਼ੀ ਕੋਟੇ ਦੇ ਨੂੰ ਲੈ ਕੇ ਆਏ ਨੇ ਤੇ ਉਹ ਜਦੋਂ ਆਪਾਂ ਇੱਥੇ ਧਰਨਾ ਲਾਣੇ ਆ ਤੇ ਉਤੋਂ ਆਈਐਸ ਅਫਸਰ ਪਿੱਛੋਂ ਦੀ ਗੇਟ ਥਾਣੀ ਨਿਕਲ ਜਾਂਦੀ ਆ ਇਰਾ ਮਤਲਬ ਕਿਤੇ ਨਾ ਕਿਤੇ ਕੋ ਢਾਲਾ ਹੈਗਾ ਕਿਤੇ ਨਾ ਕਿਤੇ ਜਨਤਾ ਨਾਲ ਵਿਟਕਰੇ ਹੈਗੇ ਆ ਕਿਤੇ ਨਾ ਕਿਤੇ ਸਮਾਜ ਨਾਲ ਵਿਟਕਰੇ ਹੈਗੇ ਆ ਅੱਜ ਜਦੋਂ ਤੁਸੀਂ ਮੀਡੀਆ ਵਾਲੇ ਇੱਥੇ ਆਏ ਜੇ ਤੇ 1 ਵਜੇ ਤੋਂ ਬਾਅਦ ਪਹਿਲੀ ਵਾਰੀ ਕਾਰਪੋਰੇਸ਼ਨ ਦਾ ਦਫਤਰ ਭਰਨਾ ਸ਼ੁਰੂ ਹੋ ਗਿਆ ਨਹੀਂ ਤੇ ਆ ਕਾਰਪੋਰੇਸ਼ਨ ਦਫਤਰ ਨਾਲ 1 ਵਜੇ ਬੰਦ ਹੋ ਜਾਂਦਾ ਸੀ ਇੱਥੇ ਸਰਕਾਰੀ ਮੁਲਾਜ਼ਮ ਨਹੀਂ ਜੀ ਮਿਲਦੇ ਸੀ ਤੇ ਇੱਥੇ ਗੇਟ ਤੇ ਗੇਟਕੀਪਰ ਮਿਲਦੇ ਸੀ ਤੇ ਜਿਨ੍ਹਾਂ ਨੂੰ ਸਿਕਾਇਆ ਜਾਂਦਾ ਵਾ ਜੇ ਤੁਸੀਂ ਐਜੀਟੇਸ਼ਨ ਵੀ ਕਰਨਾ ਹੈ ਨਾ ਤੁਸੀਂ ਸਾਈਡ ਤੇ ਬੈ ਕੇ ਕਰੋ ਜਾਂ ਟਾਡੇ ਕੋਦੇ ਚੋਰ ਰਸਤੇ ਵੜੇ ਇਹ ਚੋਰ ਰਸਤੇ ਦਾ ਨਹੀਂ ਜਾ ਸਕਦੇ ਜੇ ਤੁਹਾਡੇ ਇੰਨਾ ਜੁਰਤ ਹੈਗੀ ਤੇ ਜਨਤਾ ਨਾਲ ਆਣ ਕੇ ਗੱਲ ਕਰੋ ਕਿਉਂ ਨਹੀਂ ਕਰਦੇ ਕਿੱਥੇ ਲੈਵਲ ਲੋ ਸਾਰੇ ਤੁਹਾਨੂੰ ਇੰਨਾ ਨਹੀਂ ਪਤਾ ਪੜੇ ਲਿਖੇ ਤੁਸੀਂ ਨੁਮਾਇੰਦੇ ਜੇ ਕਮਿਸ਼ਨਰ ਸਾਹਿਬ ਜੇ ਤੇ ਇੱਥੇ ਬੈਠੋ ਦੇ ਤੁਹਾਨੂੰ ਇੰਨਾ ਵੀ ਪਤਾ ਹਰ ਵਾਰ ਦੇ ਵਿੱਚ ਪਹਿਲੋ ਕਪਲੇ ਹੁੰਦੇ ਵੇ ਆ ਤੇ ਜੇ ਅੱਜ ਇਹਨਾਂ ਨੂੰ 7-7000 ਰੁਪਏ ਪਿੱਛੇ ਇਹਨਾਂ ਕੋ ਫਲਸ਼ਾਂ ਤੱਕ ਸਾਫ਼ ਕਰਾ ਲੀਆਂ ਸ਼ਹਿਰ ਦੀ ਗੰਦਗੀ ਚ ਕਾਲੀ ਬਿਨਾ ਕਿਸੇ ਸੁੱਖ ਸੁਵਿਧਾ ਦਿੱਤੇ ਹੋਏ ਜਿਹੜੇ ਗਲਵਜ਼ ਆਂਦੇ ਔਰ ਚ ਵੀ ਇਹਨਾਂ ਦੇ ਕਪਲੇ ਮਾਸਕ ਨਹੀਂ ਕਾਰਪੋਰੇਸ਼ਨ ਵੱਲੋਂ ਵੰਡੇ ਗੇ ਬਿਨਾ ਇਹਨਾਂ ਦੀ ਜਾਨ ਦੀ ਪ੍ਰਵਾਹ ਕੀਤੇ ਕਰੋਨਾ ਦੀ ਦੌਰ ਦੇ ਵਿੱਚ ਇਹਨਾਂ ਕੋ ਤੁਸੀਂ 7000 ਪਿਛੇ ਸਾਰਾ ਸ਼ਹਿਰ ਸਾਫ਼ ਕਰਾ ਲਿਆ ਠੀਕ ਆ ਜੀ ਲੋਕਾਂ ਦੇ ਸ਼ਹਿਰ ਤੇ ਸਾਫ਼ ਕਰਾਣਾ ਕਰਾਣਾ ਹੀ ਕਈ ਮੰਤਰੀਆਂ ਨੇ ਆਪਣੇ ਘਰ ਦੇ ਕੰਮ ਵੀ ਇਹਨਾਂ ਕੋਲ ਕੜਵਾਏ ਹੋਣੇ ਆ ਤੇ ਮੈਨੂੰ ਅੱਜ ਬੜੀ ਕਿੰਨੇ ਮੁਲਾਜ਼ਮਾਂ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ 214 ਮੁਲਾਜ਼ਮਾਂ ਜੀ ਜੇ ਉਹਨਾਂ ਹੀ 7000 ਨਾਲ ਵੀ ਲਾਲੀਏ ਤੇ 14 ਲੱਖ ਦੇ 98000 ਰੁਪਏ ਬੰਦਾ ਜੇ 14 ਲੱਖ 98000 ਇਹ ਜਿਹੜਾ ਕਮਿਸ਼ਨਰ ਇਹਨਾਂ ਅਫਸਰਾਂ 'ਚ ਵੰਡਿਆ ਜਾਂਦਾ ਤੁਸੀਂ ਪਹਿਲੋ ਵੀ ਜਾਣਦੇ ਮੈਨੂੰ ਕਹਿਣ ਵੇਲੇ ਝਿਜਕ ਨਹੀਂ ਆਂਦੀ ਕਾਰਪੋਰੇਸ਼ਨ 'ਚ ਇੱਕ ਵੀ ਕੰਮ ਕਰਾਉਣਾ ਹੋਵੇ ਨਾ ਤੇ ਹਰ ਇੱਕ ਡਿਪਾਰਟਮੈਂਟ ਨੂੰ ਰੁਪਈਆ ਦੇ ਕੇ ਜਾਣਾ ਪੈਂਦਾ ਵਾ ਮੱਥਾ ਟੇਕ ਕੇ ਨਿਕਲਦਾ ਕੰਮ ਇਹ ਕਿੱਦਾਂ ਦੀ ਸਰਕਾਰ ਆ ਕਿੱਦਾਂ ਦੇ ਕੰਮ ਕਰਦੇ ਵੇ ਆ ਕਿੱਦਾਂ ਦੇ ਨੁਮਾਇੰਦੇ ਆ ਇਹ ਕਿੱਦਾਂ ਦੀ ਗੱਲਾਂ ਕਰਦੇ ਪਏ ਇਨ੍ਹਾਂ ਨੇ ਕੱਢਿਆ 214 ਮੁਲਾਜ਼ਮਾਂ ਨੂੰ ਇਹ ਮੈਡਮ ਨੇ ਕੱਢਿਆ ਕਮਿਸ਼ਨਰ ਮੈਡਮ ਨੇ ਇਹ ਕਹਿੰਦੇ ਜੀ ਠੇਕੇ ਦੇ ਹੀ ਮਹਿਕਮਾਨੀਆਂ ਠੇਕੇ ਦੇ ਹੀ ਲੇਕਿਨ ਲੇਬਰ ਲਾਅ ਮਨ ਨੂੰ ਪਤਾ ਹੋਣਾ ਚਾਹੀਦਾ ਆ 2 ਮਹੀਨੇ ਪਹਿਲਾਂ ਇੰਪਲੀਮੈਂਟੇਸ਼ਨ ਦੋ ਕਿ ਕਿੰਨੀ ਦੇਰ ਤੋਂ ਕੰਮ ਕਰਦੇ ਪਏ ਸੀ ਇੱਕ ਟੋਕਾ ਨਹੀਂ ਦੇ 4-4 5-5 ਸਾਲ 3 ਤੋਂ 7-7 ਸਾਲ ਹੋ ਗਏ ਇਹਨਾਂ ਨੂੰ ਕਾਫੀ ਦੇਰ ਤੋਂ ਕੰਮ ਕਰ ਰਹੀ ਸੀ ਲੇਕਿਨ ਕਰੋਨਾ ਦੇ ਬਾਅਦ ਇਨ੍ਹਾਂ ਨੇ ਇੱਕ ਮੰਗ ਪੱਤਰ ਮੈਡਮ ਨੂੰ ਦਿੱਤਾ ਜਿਹਦੇ ਵਿੱਚ ਮੰਗ ਪੱਤਰ 'ਚ ਲਿਖਿਆ ਗਿਆ ਕਿ ਸਾਨੂੰ ਡੀਸੀ ਰੇਟ ਤੇ ਤਨਖਾਹਾਂ ਦੇ ਦਿਓ ਜਦੋਂ ਉਹ ਮੰਗ ਪੱਤਰ ਇਨ੍ਹਾਂ ਕੋ ਚ ਨੀਤੀ ਕੀਤੀ ਤੇ ਜਿਹੜੇ ਮੰਗ ਪੱਤਰ ਦੇਣ ਆਏ ਹੀ ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਠੇਕਾ ਬਦਲ ਦਿੱਤਾ ਗਿਆ ਹਜੇ ਤੱਕ 4 ਸਾਲ ਹੋ ਗਏ ਆ ਸਰਕਾਰ ਨਹੀਂ ਬਦਲੀ ਤੁਸੀਂ ਠੇਕੇ ਬਦਲੀ ਜਾਂਦੇ ਸਾਲ-ਸਾਲ ਦਾ ਠੇਕਾ ਕਰਦੇ ਹਜੇ ਕਿ 5 ਸਾਲ ਦਾ ਠੱਡਾ ਠੇਕਾ ਕਰਦੇ ਹਜੇ ਜੇ ਇਹਨਾਂ 214 ਮੁਲਾਜ਼ਮਾਂ ਨੂੰ ਦੁਬਾਰਾ ਨਾ ਰੈਗੂਲਰ ਕੀਤਾ ਗਿਆ ਤਾਂ ਫਿਰ ਅਗਲਾ ਸਟੈਪ ਕੀ ਹੋਏਗਾ ਤੇ ਦਿਨ ਰਾਤ ਭਾਜੀ ਇੱਥੇ ਬੈਠਾਂਗੇ ਦਿਨ ਰਾਤ ਬੈਠਾਂਗੇ ਤੇ ਸੰਘਰਸ਼ ਤੇਜ਼ ਹੋਏਗਾ ਕੱਲ ਵੀ ਮੈਂ ਸਮਾਜ ਵੱਲੋਂ ਅੱਜ ਪੂਰੇ ਆਪਣੇ ਤੀਰਥ ਦੇ ਗੱਲ ਕੀਤੀ ਆ ਕੱਲ ਅੱਜ ਜੇ ਤੇ 100 ਬੰਦਾ ਬੇਟਾ ਵਾ ਕੱਲ ਇਥੇ 500 ਦੀ ਤعداد ਚ ਬੰਦਾ ਬੈਹਿ ਕੇ ਇੱਥੇ ਹੱਕ ਲਏਗਾ ਜਿੱਦਾਂ ਕਿਸਾਨਾਂ ਨੇ ਦਿੱਲੀ ਬੰਦ ਕੀਤੀ ਆ ਬਸ ਕਿਸਾਨ ਆਪਾਂ ਕਾਰਪੋਰੇਸ਼ਨ ਬੰਦ ਕਰਕੇ ਦਿਖਾਵਾਂਗੇ 214 ਮੁਲਾਜ਼ਮੀਆਂ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਆ ਜਾਂ ਜਿਹੜੇ ਰੈਗੂਲਰ ਆ ਉਹ ਵੀ ਨਾਲ ਆ ਕੇ ਇਹਨਾਂ ਦਾ ਸਮਰਥਨ ਕਰਨਗੇ ਜਿਹੜ 14 ਮੁਲਾਜ਼ਮਾਂ ਤੁਹਾਨੂੰ ਮੈਂ ਕੰਫਰਮ ਕਰਦਾ ਉਹ ਵੀ ਆਪਣੇ ਘਰੋਂ ਉਹਨਾਂ ਨੂੰ ਥੋੜਾ ਜਿਆਦਾ ਇੰਪਲੀਮੈਂਟੇਸ਼ਨ ਜਦੋਂ ਆਪਾਂ ਮੰਗ ਪੱਤਰ ਮੈਡਮ ਨੂੰ ਦੇਣ ਆਏ ਮੈਡਮ ਨੇ ਇਹਨਾਂ ਨੂੰ 2 ਦਿਨ ਦਾ ਟਾਈਮ ਦਿੱਤਾ ਤੇ ਜਿਹਦੇ ਵਿੱਚ ਅਸੀਂ ਕਿਹਾ ਕਿ ਅਸੀਂ ਨਹੀਂ 2 ਦਿਨ ਦਾ ਟਾਈਮ ਇਹਨਾਂ ਨੂੰ ਨੌਕਰੀਆਂ ਦੇ ਦਿਓ ਤੇ ਜਾਂ ਤੇ 2-2 ਮਹੀਨੇ ਦੀਆਂ ਤਨਖਾਹਾਂ ਦੇ ਦਿਓ ਤੇ ਜਿੰਨੇ ਮੇਰੇ ਮੈਂਬਰ ਵੀਰ ਭਰਾ 70 80 ਬੰਦੇ ਜਿੰਨੇ ਇੱਥੇ ਆ ਗਏ ਉਹ ਪ੍ਰੋਟੈਸਟ ਤੇ ਬੈਗੇ ਨੇ ਤੇ ਜਿਹੜੇ 214 ਮੁਲਾਜ਼ਮ ਦੀ ਮੈਂ ਗੱਲ ਕਰ ਰਿਹਾ ਉਹ ਵੀ ਆਪਣੇ ਘਰ ਤੋਂ ਆਣ ਕੇ ਇੱਥੇ ਬੈਠਣਗੇ ਦਿਨ ਰਾਤ ਬੈਠਣਗੇ ਤੇ ਜਿੰਨੀ ਦੇ ਤੱਕ ਇਹਨਾਂ ਨੂੰ ਹੱਕ ਨਹੀਂ ਮਿਲਣਗੇ ਕਿਉਂ ਹਜ਼ਾਰ ਤਨਖਾਹ ਲਿੰਦਾ ਉਹ 1 ਵਜੇ ਦਫ਼ਤਰੋਂ ਨਿਕਲ ਜਾਂਦਾ ਤੁਸੀਂ ਹੁਣ ਇਹ ਵੀ ਮੇਰੇ ਨਾਲ ਅੰਦਰ ਚੱਲੋ ਮੈਂ ਕਈ ਇਹਨਾਂ ਕੋਲ ਲਿਸਟ ਕਢਾ ਦਿਨਾ ਮੈਂ ਤੁਹਾਨੂੰ ਇੱਥੇ ਜੇ ਕਹਿੰਦੇ ਤੇ ਮੇਰੇ ਨਾਲ ਅੰਦਰ ਚੱਲੋ ਮੈਂ ਲਿਸਟ ਕਢਾਣਾ ਕਿਹੜਾ ਕਿਹੜਾ ਜਾਣ ਕੇ ਸਰਕਾਰੀ ਬੰਦਾ ਕੰਮ ਕਰਕੇ ਬੈਠਾ ਜੇ ਸਰਕਾਰੀ ਬੰਦਾ ਨਹੀਂ ਨਾ ਕੰਮ ਕਰਦਾ ਪਿਆ ਤੇ ਇਰੱਚ ਵੀ ਸਿਆਸਤ ਹੋ ਰਹੀ ਆ ਕਿਉਂ ਨਹੀਂ ਉਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਠੇਕੇ ਦੇ ਹਾਂਜੀ ਸਾਡੇ ਕੋਲ ਇੱਥੇ ਐਜੀਟੇਸ਼ਨ ਇਦਾਂ ਜਾਰੀ ਰਹੇਗਾ ਜੀ ਜੈ ਭਗਵਾਨ ਦਾ